ਸੋਹਣੇ ਵੀਰਾਂ ਨੂੰ ਤੇ ਮਿੱਤਰਾਂ ਨੂੰ ਤੇ ਭਰਾਵਾਂ ਨੂੰ ਤੇ ਚੰਨ ਵਰਗੇ ਮੱਖਣਾਂ ਨੂੰ ਮੇਰੀ ਵੱਲੋਂ ਸਲਾਮ ਤੇ ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ ਤੇ ਮੈਂ ਹਾਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਹਮੇਸ਼ਾ ਗੱਲ ਪੰਜਾਬੀ 'ਚ ਕੀਤੀ ਹੈ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਕਰਨਾ ਤੇ ਜਿਸ ਗੱਲ ਤੇ ਅੱਜ ਪ੍ਰਚਾਰ ਕਰਨਾ ਹੈ, ਇਹ ਕੁਝ ਦਿਨਾਂ ਤੋਂ ਕੁਝ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਗਰਦਿਸ਼ ਕਰ ਰਹੀਆਂ ਨੇ ਕਿ ਔਰਤ ਨੂੰ ਉਹਦੇ ਹਕੂਕ ਨਹੀਂ ਮਿਲ ਰਹੇ, ਜਦਕਿ ਇਸਲਾਮ ਸਾਡਾ ਹਮੇਸ਼ਾ ਔਰਤ ਦੀ ਗੱਲ ਕਰਦਾ ਹੈ ਤੇ ਔਰਤ ਨੂੰ ਚੰਗੇ ਹਕੂਕ ਦਿੱਤੇ ਨੇ। ਤੇ ਸ਼ਾਇਰ ਇਹ ਸਾਰੀ ਜਿਹੜੀ ਔਰਤ ਮਾਰਚ ਹੋਈ ਤੇ ਇਹਦੇ 'ਤੇ ਕੀ ਗੱਲ ਕਰਦਾ, ਉਹ ਗੱਲ ਤੁਹਾਨੂੰ ਦੱਸਣਾ ਚਾਹੁੰਦਾ। ਮੇਰਾ ਜਿਸਮ ਤੇ ਮੇਰੀ ਮਰਜ਼ੀ, ਇਹ ਸਲੋਗਨ ਹੈ ਤੇ ਇਹੀ ਨਾਰਾ ਸਾਰਿਆਂ ਦਾ ਤੇ ਅੱਜ ਇਹਦੇ 'ਤੇ ਗੱਲ ਕਰਨੀ। ਮੇਰਾ ਜਿਸਮ ਤੇ ਮੇਰੀ ਮਰਜ਼ੀ, ਨਾ ਮੈਂ ਪੂਰੇ ਕੱਪੜੇ ਪਾਵਾਂ, ਮੁੰਡਿਆਂ ਵਰਗੇ ਵਾਲ ਕਟਾਵਾਂ, ਬਿਨਾਂ ਨਿਕਾਹ ਦੇ ਖਸਮ ਬਣਾਵਾਂ, ਸ਼ਰਮ ਹਯਾ ਮੈਂ ਰੱਖਾਂ ਫਰਜ਼ੀ। ਮੇਰਾ ਜਿਸਮ ਤੇ ਮੇਰੀ ਮਰਜ਼ੀ, ਮੇਰਾ ਜਿਸਮ ਤੇ ਮੇਰੀ ਮਰਜ਼ੀ, ਦਿਨ ਦਿਹਾੜੇ ਮੌਜਾਂ ਲੁੱਟਾਂ, ਬੱਚਾ ਜੰਮ ਕੇ ਰੂੜੀ ਸੱਟਾਂ, ਸ਼ਰ੍ਹਾਂ ਦੇ ਭਾਵੇਂ ਜੁੰਡੇ ਪੱਟਾਂ, ਮੈਂ ਨਹੀਂ ਮੰਨਦੀ ਕਿਸੇ ਦੀ ਅਰਜ਼ੀ, ਮੇਰਾ ਜਿਸਮ ਤੇ ਮੇਰੀ ਮਰਜ਼ੀ। ਮਗਰਬ ਦੀ ਤਹਿਜ਼ੀਬ ਚਲਾਵੇ, ਗੰਦੇ ਮੰਦੇ ਨਾਰੇ ਲਾਵੇ, ਪੀ ਸ਼ਰਾਬਾਂ ਘਰ ਨੂੰ ਆਵੇ, ਨਹੀਂ ਚੱਲਣੀ ਇੱਥੇ ਮਰਜ਼ੀ ਵਰਜ਼ੀ, ਮੇਰਾ ਜਿਸਮ ਤੇ ਮੇਰੀ ਮਰਜ਼ੀ। ਲਾਜ ਦੀ ਬੇੜੀ ਕਾਹਨੂੰ ਰੋੜੇ, ਬੇਹਯਾਈਆਂ ਕਿਉਂ ਨਾ ਛੋੜੇ, ਦੋਜ਼ਕ ਵੱਲ ਕਿਉਂ ਆਪੀ ਦੌੜੇ, ਕਾਹਦੀ ਤੈਨੂੰ ਇਹ ਖੁਦ ਗਰਜ਼ੀ, ਮੇਰਾ ਜਿਸਮ ਤੇ ਮੇਰੀ ਮਰਜ਼ੀ। ਦੱਸਦਾ ਏ ਮਿਰਜ਼ਾ ਹੁਕਮ ਰਬਾਨੀ, ਨਾ ਕਰ ਨਬੀ ਦੀ ਨਾ ਫਰਮਾਨੀ, ਸਦਾ ਨਹੀਂ ਰਹਿਣਾ ਹੁਸਨ ਜਵਾਨੀ, ਹੁਣ ਕਰ ਲੈ ਤੋਬਾ ਛੱਡ ਲਾ ਗਰਜ਼ੀ, ਰੱਬ ਦਾ ਹੁਕਮ ਤੇ ਰੱਬ ਦੀ ਮਰਜ਼ੀ, ਰੱਬ ਦਾ ਹੁਕਮ ਤੇ ਰੱਬ ਦੀ ਮਰਜ਼ੀ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਸੁੱਚੀਆਂ ਗੱਲਾਂ ਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਤੁਹਾਨੂੰ ਮੇਰਾ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਹੈ ਇਹ ਜ਼ਰੂਰ ਦੱਸਿਓ ਕਰੋ, ਆਪਣਾ ਫੀਡਬੈਕ ਲਾਜ਼ਮੀ ਦੱਸਿਓ ਕਰੋ। ਅਤੇ ਆਖਰੀ ਮੈਸੇਜ ਜਿਹੜਾ ਹਮੇਸ਼ਾ ਦਿੱਤਾ ਤੁਹਾਨੂੰ ਉਹ ਇਹ ਆ, ਆਪਣਾ ਅਤੇ ਆਪਣਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਨਿਗਹਿਬਾਨ।